ਜਿਵੇਂ 89 ਦੇ ਵਿੱਚ ਵੀ ਇੱਕ ਅਖਬਾਰ ਆਇਆ ਸਿਮਰਜੀਤ ਸਿੰਘ ਮਾਨ ਉਦੋਂ ਜੇਲ੍ਹ 'ਚ ਸੀ, ਅਤਿੰਦਰਪਾਲ ਜੇਲ੍ਹ 'ਚ ਸੀ, ਉਦੋਂ ਵੀ ਵੋਟਰਾਂ ਨੇ ਸਿੰਗਲ ਕੈਂਡੀਡੇਟ ਅਪਣਾਇਆ ਸੀ, ਦੂਜਿਆਂ ਦਾ ਬੂਥ ਹੀ ਨਹੀਂ ਲੱਗਾ। ਦੋ ਸੀਟਾਂ ਦੇ ਉੱਤੇ ਇਹ ਅਖਬਾਰ ਵੇਖਣ ਨੂੰ ਮਿਲਿਆ, ਬੇਸ਼ੱਕ 89 ਵਾਲਾ ਨਹੀਂ। ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਲੇ ਕਾਨੂੰਨ ਦੇ ਵਿੱਚ ਬੰਦ ਰੱਖਿਆ। ਉਹੀ ਇਸ ਡੈਮੋਕ੍ਰੈਟਿਕ ਸਿਸਟਮ ਨੂੰ ਗਲਤ ਠਹਿਰਾ ਰਹੇ ਸੀ ਇੱਕ ਟਾਈਮ ਦੇ ਉੱਤੇ ਆ ਕੇ, ਔਰ ਉਹਨਾਂ ਨੇ ਹੀ ਇਹੀ ਸਿਸਟਮ ਅਪਣਾ ਲਿਆ। ਇਹ ਸੰਤ ਜਰਨੈਲ ਸਿੰਘ ਦੇ ਨਾਲ ਇਸ ਕਰਕੇ ਜੁੜੇ ਸੀ ਭਈ ਸੰਤ ਜਰਨੈਲ ਸਿੰਘ ਦੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਨੀ ਹੈ, ਸਾਡੇ ਵਿੱਚੋਂ ਹੀ ਕਿਸੇ ਨੇ ਮੁੱਖ ਮੰਤਰੀ ਬਣਨਾ ਅਤੇ ਮੰਤਰੀ ਬਣਨਾ। ਸੰਤ ਜਰਨੈਲ ਸਿੰਘ ਦੇ ਲੈਕਚਰ ਸਾਰੇ ਲਿਖੇ ਆ ਮੈਂ ਸਿੰਘ ਗਰਜ ਕਿਤਾਬ ਦੇ ਵਿੱਚ ਆ। ਉਹਨਾਂ ਨੇ ਜਦੋਂ ਪਹਿਲੇ ਦਿਨ ਖਾਲਿਸਤਾਨ ਦਾ ਲਫ਼ਜ਼ ਆਪਣੇ ਮੂੰਹ 'ਚੋਂ ਕੱਢਿਆ, ਉਹ ਕੀ ਸੀ ਕਿ ਹੁਣ ਜਿੱਦਾਂ ਇਸ ਸਥਾਨ 'ਤੇ ਹਮਲਾ ਹੋਵੇਗਾ ਉਸ ਦਿਨ ਖਾਲਿਸਤਾਨ ਬਣੇਗਾ, ਦੁਨੀਆ 'ਚ ਮਿਸਾਲ ਬਣੇਗੀ, ਖਾਲਿਸਤਾਨ ਬਣਿਆ। ਅੱਧਾ ਉਹ ਫੌਜ ਕਿਹਦੀ ਹੁੰਦੀ ਆ, ਫੌਜ ਤਾਂ ਸਟੇਟ ਦੀ ਹੁੰਦੀ ਆ, ਅਤੇ ਫਿਰ ਅੱਧਾ ਖਾਲਿਸਤਾਨ ਕੀ ਹੋਣਾ, ਅਸੀਂ ਉਹ ਵੀ ਸਟੇਟ ਅਤੇ ਫਿਰ ਉਹਦੀ ਫੌਜ। ਜੇ ਤਾਂ ਮੈਂ ਜਿਹੜੇ ਖਾਲਿਸਤਾਨ ਮੰਗਦੇ ਆ ਉਹਨਾਂ ਦੀ ਪੈਰਵਾਈ ਨਾ ਕਰਾਂ ਜਿਹੜੇ ਜੇਲ੍ਹਾਂ 'ਚ ਨੇ, ਜਾਂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਨਾ ਕਰਾਂ, ਜਾਂ ਉਹਨਾਂ ਦੀ ਮਦਦ ਨਾ ਕਰਾਂ, ਫਿਰ ਤਾਂ ਤੁਸੀਂ ਮੇਰੇ 'ਤੇ ਸਵਾਲ ਕਰੋ। 47 ਤੋਂ ਪਹਿਲਾਂ 3 ਨਾਰੇ ਕੰਧਾਂ ਦੇ ਉੱਤੇ ਲਿਖੇ ਸੀ, ਮੁਸਲਮਾਨ ਲਿਖਦੇ ਸੀ ਪਾਕਿਸਤਾਨ ਜਿੰਦਾਬਾਦ, ਸਿੱਖ ਲਿਖਦੇ ਸੀ ਖਾਲਿਸਤਾਨ ਜਿੰਦਾਬਾਦ, ਅਤੇ ਹਿੰਦੂ ਲਿਖਦੇ ਸੀ ਹਿੰਦੁਸਤਾਨ ਜਿੰਦਾਬਾਦ। ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੇ ਹਿੰਦੁਸਤਾਨ ਲੈ ਲਿਆ, ਸਿੱਖਾਂ ਦੀ ਨਾ ਇਹ ਲੀਡਰਸ਼ਿਪ ਕਾਰਨ ਇਹਨਾਂ ਨੇ ਆਪਣਾ ਜਿਹੜਾ ਵਾ ਖਾਲਿਸਤਾਨ ਗਵਾ ਲਿਆ। ਦੇਸ਼ ਦੀਆਂ ਲੋਕ ਸਭਾ ਚੋਣਾਂ ਹੋ ਹਟੀਆਂ ਨੇ, ਨਤੀਜੇ ਆ ਚੁੱਕੇ ਨੇ, ਔਰ ਉਹਨਾਂ ਨਤੀਜਿਆਂ ਦੇ ਵਿੱਚ ਪੰਜਾਬ ਦੇ ਅੰਦਰ ਖਾਸ ਕਰਕੇ ਕੁਝ ਵੱਡੇ ਸਿਆਸੀ ਉਭਾਰ ਪੰਥਕ ਤੌਰ ਦੇ ਹੁੰਦੇ ਉਭਰੇ ਸਨ, ਔਰ ਉਹ ਸਿਆਸੀ ਉਭਾਰ ਹੁਣ ਇਹੋ ਜਿਹੇ ਹਾਲਾਤਾਂ 'ਤੇ ਪਹੁੰਚ ਗਏ ਨੇ, ਇਹੋ ਜਿਹੇ ਮੁਕਾਮਾਂ 'ਤੇ ਪਹੁੰਚ ਗਏ ਨੇ ਕਿ ਉਹ ਜਿੱਤ ਚੁੱਕੇ ਨੇ। ਗੱਲ ਕੀਤੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ। ਇਹ ਦੋਵੇਂ ਜਿੱਤ ਹਾਸਲ ਕਰ ਲੈਂਦੇ ਨੇ, ਔਰ ਖਾਸ ਕਰਕੇ ਇਹਨਾਂ ਦੋਵਾਂ ਨੂੰ ਲੈ ਕੇ ਹੁਣ ਸਵਾਲ ਕਰਨੇ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਸਵਾਲ ਆਲਰੇਡੀ ਪ੍ਰਵੇਲ ਕਰਦੇ ਪਏ ਨੇ। ਮੇਰੇ ਨਾਲ ਫਿਲਹਾਲ ਨਰੈਣ ਸਿੰਘ ਚੌੜਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਸਭ ਤੋਂ ਪਹਿਲਾਂ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਲੋਕ ਸਭਾ ਚੋਣਾਂ ਦੇ ਵਿੱਚ ਅਚਾਨਕ ਇਹ ਉਭਾਰ ਆਉਂਦਾ, ਭਾਈ ਸਾਹਿਬ ਆਉਂਦੇ, ਭਾਈ ਅੰਮ੍ਰਿਤਪਾਲ ਸਿੰਘ ਆਉਂਦੇ ਨੇ, ਸਰਬਜੀਤ ਸਿੰਘ ਖਾਲਸਾ ਆਉਂਦੇ ਨੇ, ਔਰ ਆ ਕੇ ਜਿੱਤ ਜਾਂਦੇ ਨੇ। ਸਭ ਤੋਂ ਪਹਿਲਾਂ ਆਹ ਜਾਣਨਾ ਚਾਹੁੰਦਾ, ਤੁਸੀਂ ਇਸ ਦੇਸ਼ ਦੀ ਸਿਆਸਤ ਨੂੰ ਵੀ ਦੇਖਿਆ ਨਾਲ ਨਾਲ, ਪੰਥ ਨੂੰ ਜਿੱਦਾਂ ਦੇਖਿਆ ਤੁਸੀਂ, ਔਰ ਹੁਣ ਦੇ ਇਸ ਉਭਾਰ ਨੂੰ ਕਿੱਦਾਂ ਦੇਖਿਆ? ਵੇਖੋ, ਜਿਵੇਂ 89 ਦੇ ਵਿੱਚ ਵੀ ਇੱਕ ਉਭਾਰ ਆਇਆ ਸੀ, ਸਿਮਰਜੀਤ ਸਿੰਘ ਮਾਨ ਉਦੋਂ ਜੇਲ੍ਹ 'ਚ ਸੀ, ਅਤਿੰਦਰਪਾਲ ਜੇਲ੍ਹ 'ਚ ਸੀ, ਅਤੇ ਉਦੋਂ ਵੀ ਵੋਟਰਾਂ ਨੇ ਸਿੰਗਲ ਕੈਂਡੀਡੇਟ ਅਪਣਾਇਆ ਸੀ, ਦੂਜਿਆਂ ਦਾ ਬੂਥ ਹੀ ਨਹੀਂ ਲੱਗਾ, ਅਤੇ ਇਹ ਉਭਾਰ ਉਹਨਾਂ 'ਤੇ ਨਹੀਂ ਆ, ਪਰ ਦੋ ਸੀਟਾਂ ਦੇ ਉੱਤੇ ਇਹ ਉਭਾਰ ਵੇਖਣ ਨੂੰ ਮਿਲਿਆ ਵਾ, ਬੇਸ਼ੱਕ 89 ਵਾਲਾ ਨਹੀਂ ਆ। 89 ਵਾਲਾ ਵੱਖਰਾ ਸੀਗਾ, ਉਹ ਜ਼ਿਆਦਾ ਵੱਡਾ ਸੀ। ਹਾਂ ਹਾਂਜੀ, ਨਹੀਂ ਜੋ ਜੋ ਸਮੀਕਰਨ ਇੱਥੇ ਬਣੇ ਨੇ, ਕਿਉਂਕਿ ਮੈਂ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਜਾਣਨਾ ਚਾਹੁੰਦਾ, ਕਿ ਇਹ ਚੀਜ਼ਾਂ ਨਾ ਕੁਝ ਮਹੀਨੇ ਦੇ ਵਿੱਚ ਹੀ ਹੋ ਗਈਆਂ, ਕੁਝ ਮਹੀਨਿਆਂ ਦੇ ਵਿੱਚ ਹੀ ਅਚਾਨਕ ਇਹ ਡਿਕਲੇਅਰ ਹੋਇਆ ਕਿ ਉਹ ਚੋਣ ਲੜਨਗੇ, ਔਰ ਇੱਕ ਦੋ ਮਹੀਨੇ ਦੇ ਵਿੱਚ ਹੀ ਉਹ ਇੰਨੀ ਜ਼ਿਆਦਾ ਹਾਈਪ ਬਣ ਗਈ, ਅੰਤ ਵਿੱਚ ਉਹ ਜਿੱਤ ਜਾਂਦੇ ਨੇ, ਬਹੁਤ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤਦੇ। ਵੇਖੋ, ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਲੇ ਕਾਨੂੰਨ ਦੇ ਵਿੱਚ ਬੰਦ ਰੱਖਿਆ, ਅਤੇ ਉਹਨਾਂ ਨੇ ਡੈਮੋ
ਡੈਮੋਕਰੇਟਿਕ ਰਸਤਾ ਅਪਣਾ ਲਿਆ, ਭਾਰਤੀ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜੀ ਉਹਨਾਂ ਨੇ ਅਤੇ ਵੋਟਰਾਂ ਨੇ ਉਹਨਾਂ ਨੂੰ ਖਾਸ ਕਰਕੇ ਸਿੱਖਾਂ ਨੇ ਜਿਤਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿਉਂਕਿ ਉਹੀ ਇਸ ਡੈਮੋਕਰੇਟਿਕ ਸਿਸਟਮ ਨੂੰ ਗਲਤ ਠਹਿਰਾ ਰਹੇ ਸੀ ਇੱਕ ਟਾਈਮ ਦੇ ਉੱਤੇ ਆ ਕੇ, ਔਰ ਉਹਨਾਂ ਨੇ ਹੀ ਇਹੀ ਸਿਸਟਮ ਅਪਣਾ ਲਿਆ। ਇੱਥੇ ਆ ਕੇ ਸਵਾਲ ਜ਼ਰੂਰ ਬਣਦਾ, ਵੇਖੋ ਸਾਡੇ ਪੰਥ ਦੇ ਵਿੱਚ ਨਿਸ਼ਾਨਾ ਜਿਹੜਾ ਪੰਥਕ ਨਿਸ਼ਾਨਾ ਪੂਰਨ ਪ੍ਰਵਸਥਾ ਸੰਪੰਨ ਖਾਲਸਤਾਨ, ਉਹਦੇ ਵਾਸਤੇ ਦੋ ਤਰੀਕੇ ਆ। ਅਸੀਂ ਉਹ ਤਰੀਕੇ ਦੇ ਹਾਂ, ਉਹ ਤਰੀਕੇ ਦਾ ਸੰਘਰਸ਼ ਕੀਤਾ ਵਾ, ਹਥਿਆਰਬੰਦ ਸੰਘਰਸ਼ ਲੜਿਆ। ਅਸੀਂ ਇਸ ਲਾਈਨ ਦੇ ਵਿੱਚ ਨਹੀਂ ਆਏ ਅਤੇ ਨਾ ਆਉਣਾ ਹੀ ਆ, ਅਤੇ ਉਹਨਾਂ ਨੇ ਇਹ ਡੈਮੋਕਰੇਟਿਕ ਤਰੀਕਾ ਅਪਣਾਇਆ ਵਾ। ਹਰ ਇੱਕ ਨੂੰ ਅਧਿਕਾਰ ਆ ਕਿ ਉਹ ਇਹ ਡੈਮੋਕਰੇਸੀ ਦੇ ਵਿੱਚ ਜੇ ਸ਼ਾਮਿਲ ਹੋਣਾ ਚਾਹੁੰਦਾ ਤਾਂ ਹੋ ਜੇ, ਉਹ ਹੋਏ ਨੇ, ਉਹਨਾਂ ਨੂੰ ਮੁਬਾਰਕ। ਮੈਂ ਤੁਹਾਡੇ ਨਾਲ ਦੇ ਵੀ ਕਈ ਇੱਦਾਂ ਦੇ ਲੀਡਰ ਜਿਹੜੇ ਹੁਣ ਖੈਰ ਬਣ ਗਏ ਨੇ, ਉਹ ਤਾਂ ਉਹ ਨੇ ਜਿਹੜੇ ਉਸ ਟਾਈਮ ਦਾ ਹਥਿਆਰਬੰਦ ਸੰਘਰਸ਼ ਉਹਨਾਂ ਦੇ ਕਹਿਣ ਮੁਤਾਬਕ ਲੜ ਚੁੱਕੇ ਨੇ, ਪਰ ਉਹਨਾਂ ਨੇ ਹੁਣ ਸਿਆਸਤ ਤਿਆਰ ਕਰ ਲਈ। ਵਿਰਸਾ ਸਿੰਘ ਵਲਟੋਹਾ ਉਹਦਾ ਜਿੰਦਾ ਜਾਗਦਾ ਨਮੂਨਾ ਨੇ। ਹਾਂ ਵੇਖੋ, ਸੱਚੀ ਗੱਲ ਇਹ ਹੈ ਕਿ ਇਹ ਜਿਹੜੇ ਬੰਦੇ ਹਨ ਇਹ ਇਹਨਾਂ ਨੂੰ ਵੀ ਨਹੀਂ ਪਤਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ ਅਤੇ ਇੰਨੀ ਤਬਾਹੀ ਮੱਚ ਜਾਣੀ ਆ। ਇਹ ਸੰਤ ਜਰਨੈਲ ਸਿੰਘ ਦੇ ਨਾਲ ਇਸ ਕਰਕੇ ਜੁੜੇ ਸੀ ਭਈ ਸੰਤ ਜਰਨੈਲ ਸਿੰਘ ਦੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਨੀ ਆ, ਅਤੇ ਅਸੀਂ ਸਾਡੇ ਵਿੱਚੋਂ ਹੀ ਕਿਸੇ ਨੇ ਮੁੱਖ ਮੰਤਰੀ ਬਣਨਾ ਅਤੇ ਮੰਤਰੀ ਬਣਨਾ। ਇਹ ਉਹ ਧਾਰਾ ਦੇ ਲੋਕ ਨੇ, ਇਹ ਹਥਿਆਰਬੰਦ ਸੰਘਰਸ਼ ਦੇ ਲੋਕ ਨਹੀਂ ਆ। ਵੇਖੋ ਜੋ ਮਰਜ਼ੀ ਉਹਨਾਂ ਨੂੰ ਕਹਿ ਲਓ, ਜੇ ਇਹ ਮਤਲਬ ਪ੍ਰਸਤੀ ਹੀ ਕਹਾਂਗੇ ਕਿ ਆਪਣੇ ਜਿਹੜਾ ਛੱਡ ਚੁੱਕਿਆ ਸੰਘਰਸ਼ ਦੇ ਜਿਹੜੇ ਤੌਰ ਤਰੀਕੇ ਨੂੰ, ਅਤੇ ਉਹਦੀ ਦੁਹਾਈ ਵੀ ਦਿੰਦਾ ਰਿਹਾ ਇਹਨਾਂ ਇਲੈਕਸ਼ਨਾਂ ਦੇ ਵਿੱਚ, ਅਤੇ ਫਿਰ ਉਹਨੂੰ ਕੌਮ ਨੇ ਜੇ ਨਹੀਂ ਪ੍ਰਵਾਨ ਕੀਤਾ, ਠੁਕਰਾ ਤਾ, ਉਹਦੀ ਜਮਾਨਤ ਵੀ ਜ਼ਬਤ ਕਰਾਤੀ ਆ, ਅਤੇ ਉਹਦਾ ਮਤਲਬ ਇਹ ਹੀ ਆ ਕਿ ਤੇਰੀ ਉਹ ਧਾਰਾ ਜਿਹੜੀ ਤੂੰ ਅਪਣਾਈ ਸੀ ਸੱਚੇ ਦਿਲੋਂ ਨਾ ਅਪਣਾਈ ਸੀ, ਨਾ ਉਹ ਜੋ ਤੂੰ ਕੀਤਾ ਉਹ ਲੋਕ ਵੋਟਰ ਨੇ ਜਿਹੜੇ ਉਹਨੂੰ ਉਹਨਾਂ ਨੇ ਪ੍ਰਵਾਨ ਹੀ ਕੀਤਾ, ਤੇਰਾ ਇੱਕ ਦਿਖਾਵਾ, ਉਹ ਦਿਖਾਵੇ ਨੂੰ ਲੋਕ ਨਹੀਂ ਪ੍ਰਵਾਨ ਕਰਦੇ। ਅੱਛਾ, ਇੱਕ ਖਾਲਿਸਤਾਨ ਪੱਖੀ ਜਿਹੜੀ ਵਿਚਾਰਧਾਰਾ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ ਜ਼ਰੂਰ ਪ੍ਰਫੁੱਲਿਤ ਹੋਈ ਆ, ਔਰ ਮੈਂ ਇਤਿਹਾਸ ਦੇ ਸੰਦਰਭ ਨਾਲ ਵੀ ਜਾਣਨਾ ਚਾਹੁੰਦਾ, ਕਿਉਂਕਿ 1984 ਦੇ ਵਿੱਚ ਕਹਿੰਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੀ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕੀਤੀ, ਤੁਸੀਂ ਤਾਂ ਉਸ ਚੀਜ਼ ਨੂੰ ਵੇਖਿਆ ਆ, ਤੁਸੀਂ ਦੱਸੋ ਕੀ ਕੀਤੀ ਸੀ? ਵੇਖੋ ਕੌਣ ਕਹਿੰਦਾ ਕਿ ਨਹੀਂ ਕੀਤੀ, ਬੜੇ ਹੁਣ ਅੱਜ ਕੱਲ੍ਹ ਬੜੇ ਵਿਚਾਰ ਚੱਲਦੇ ਨੇ, ਉਹ ਚੱਲ ਰਹੇ ਆ ਨਾ, ਉਹ ਉਹਨਾਂ ਦੇ ਵਿਚਾਰ ਚੱਲ ਰਹੇ ਆ। ਅਸੀਂ ਖੁਦ ਸੰਤ ਜਰਨੈਲ ਸਿੰਘ ਨੂੰ ਪੁੱਛਿਆ, ਉਹਨਾਂ ਬੋਲਿਆ ਸੀ, ਮੈਂ ਕਿਹਾ ਸੰਤ ਜਰਨੈਲ ਸਿੰਘ ਦੇ ਲੈਕਚਰ ਸਾਰੇ ਲਿਖੇ ਆ ਮੈਂ ਸਿੰਘ ਗਰਜ ਕਿਤਾਬ ਦੇ ਵਿੱਚ ਆ। ਉਹ ਉਹਨਾਂ ਨੇ ਜਦੋਂ ਪਹਿਲੇ ਦਿਨ ਖਾਲਿਸਤਾਨ ਦਾ ਲਫ਼ਜ਼ ਆਪਣੇ ਮੂੰਹ 'ਚੋਂ ਕੱਢਿਆ, ਉਹ ਕੀ ਸੀ ਕਿ ਹੁਣ ਜਿੱਦਾਂ ਇਸ ਸਥਾਨ 'ਤੇ ਹਮਲਾ ਹੋਵੇਗਾ ਉਸ ਦਿਨ ਖਾਲਿਸਤਾਨ ਬਣੇਗਾ, ਦੁਨੀਆ 'ਚ ਮਿਸਾਲ ਬਣੇਗੀ, ਖਾਲਿਸਤਾਨ ਬਣਿਆ, ਠੀਕ ਆ। ਉਹਨਾਂ ਨੇ ਇੱਕ ਲਾਈਨ ਖਿੱਚ ਦਿੱਤੀ ਸੀ, ਉਹਨਾਂ ਨੂੰ ਪਤਾ ਸੀ ਕਿ ਇੱਥੇ ਹਮਲਾ ਹੋਣਾ ਹੀ ਹੋਣਾ, ਕਿਉਂਕਿ ਅਰਦਾਸ ਕੀਤੀ ਸੀ ਧਰਮਯੁੱਧ ਮੋਰਚੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਦੀ, ਅਤੇ ਜੇ ਉਹ ਖਾਲਿਸਤਾਨ ਦੀ ਗੱਲ ਕਰਦੇ ਸੀ ਤਾਂ ਅਕਾਲੀ ਦਲ ਉਹਨਾਂ ਦੇ ਉੱਤੇ ਤੋਹਮਤਾਂ ਲਾਉਂਦਾ ਸੀ, ਹੋਰ ਵੀ ਲੋਕ ਤੋਹਮਤਾਂ ਲਾਉਂਦੇ ਸੀ ਕਿ ਇਹ ਸਾਡੇ ਧਰਮਯੁੱਧ ਮੋਰਚੇ ਦੇ ਵਿੱਚ ਅੜਚਣ ਪੈਦਾ ਕਰ ਰਿਹਾ, ਉਹਦੇ ਪ੍ਰੋਗਰਾਮ ਦੇ ਵਿਰੁੱਧ ਜਾ ਰਿਹਾ, ਉਲਟ ਜਾ ਰਿਹਾ। ਉਹਨਾਂ ਨੇ ਇੱਕ ਵਿਚਲਾ ਰਸਤਾ ਅਪਣਾ ਲਿਆ ਸੀ ਕਿ ਨਾ ਮੰਗਦੇ ਹਾਂ ਅਤੇ ਨਾ ਨਾ ਕਰਨੇ ਹਾਂ। ਜਦੋਂ ਇਹੋ ਜਿਹੇ ਉਹਨਾਂ ਦੇ ਕੁਝ ਲੈਕਚਰਾਂ ਦੇ ਵਿੱਚ ਵਿਚਾਰ ਸਾਡੇ ਸਾਹਮਣੇ ਆਏ, ਕੁਝ ਬਚਨ ਸਾਹਮਣੇ ਆਏ, ਅਤੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਭਾਈ ਸੰਤ ਜੀ ਤੁਸੀਂ ਇਹ ਦੁਚਿੱਤੀ ਵਿੱਚ ਕਿਉਂ ਜੇ ਸਪਸ਼ਟ ਕਰੋ। ਉਹਨਾਂ ਨੇ ਸਾਨੂੰ ਜਵਾਬ ਪਤਾ ਕੀ ਦਿੱਤਾ ਸੀ? ਕਹਿੰਦਾ ਮੈਂ ਕਿਹਾ
ਕਿ ਹਰ ਪਿੰਡ ਦੇ ਵਿੱਚ ਤਿੰਨ ਤਿੰਨ ਨੌਜਵਾਨ ਅਤੇ ਤਿੰਨ ਤਿੰਨ ਰਿਵਾਲਵਰ ਅਤੇ ਇੱਕ ਇੱਕ ਮੋਟਰਸਾਈਕਲ ਪੈਦਾ ਕਰੋ। ਅਤੇ ਸਾਨੂੰ ਸਵਾਲ ਕੀਤਾ ਪਿੰਡ ਕਿੰਨੇ ਨੇ ਪੰਜਾਬ ਦੇ, ਅਸੀਂ ਆਖਿਆ ਕਰੀਬ 12,000 ਦੇ ਉੱਤੇ ਆ। ਕਹਿੰਦੇ 12,000 ਨੇ ਤਾਂ ਫਿਰ ਮੈਂ 36-12 ਅਤੇ ਨੂੰ 3 ਨਾਲ ਗੁਣਾ ਕਰੋ। ਕਹਿੰਦੇ ਅਸੀਂ ਆਖਿਆ 36,000 ਤਾਂ ਮੈਂ 36,000 ਫੌਜ ਤਿਆਰ ਕਰਨ ਡਿਆ। ਉਹ ਕੀ ਉਹ ਸ਼ਿਕਾਰ ਖੇਡਣ ਵਾਸਤੇ ਆ ਜਾਂ ਫਰੋਤੀਆਂ ਲੈਣ ਵਾਸਤੇ ਜਾਂ ਛਾਪੜੀਆਂ ਵਾਲਿਆਂ ਨੂੰ ਲੁੱਟਣ ਵਾਸਤੇ? ਕਹਿੰਦਾ ਉਹ ਫੌਜ ਕਿਹਦੀ ਹੁੰਦੀ ਆ? ਅਸੀਂ ਕਿਹਾ ਫੌਜ ਤਾਂ ਸਟੇਟ ਦੀ ਹੁੰਦੀ ਆ। ਅਤੇ ਫਿਰ ਕਹਿੰਦਾ ਖਾਲਿਸਤਾਨ ਕੀ ਹੋਣਾ? ਅਸੀਂ ਕਿਹਾ ਉਹ ਵੀ ਸਟੇਟ ਆ ਅਤੇ ਫਿਰ ਉਹਦੀ ਫੌਜ ਆ। ਇੱਕ ਗੱਲ ਉਹਨਾਂ ਇਹ ਕੀਤੀ। ਫਿਰ ਅਗਲੀ ਗੱਲ ਕੀਤੀ ਕਿ ਜੇ ਤਾਂ ਮੈਂ ਜਿਹੜੇ ਖਾਲਿਸਤਾਨ ਮੰਗਦੇ ਆ ਉਹਨਾਂ ਦੀ ਪੈਰਵਾਈ ਨਾ ਕਰਾਂ ਜਿਹੜੇ ਜੇਲ੍ਹਾਂ 'ਚ ਨੇ, ਜਾਂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਨਾ ਕਰਾਂ, ਜਾਂ ਉਹਨਾਂ ਦੀ ਮਦਦ ਨਾ ਕਰਾਂ, ਫਿਰ ਤਾਂ ਤੁਸੀਂ ਮੇਰੇ 'ਤੇ ਸਵਾਲ ਕਰੋ। ਕਹਿੰਦਾ ਕਿੰਨੇ ਕੇਸ ਚੱਲਦੇ ਆ? ਕਹਿੰਦੇ ਥੋੜ੍ਹੇ ਜਿਹੇ ਸ਼੍ਰੋਮਣੀ ਕਮੇਟੀ ਲੜ ਰਹੀ ਆ ਅਤੇ ਬਾਕੀ ਸਾਰੇ 80% ਤੋਂ ਉੱਪਰ ਜਿਹੜੇ ਸੀ ਉਹ ਸੰਤ ਜਰਨੈਲ ਸਿੰਘ ਕੇਸਾਂ ਦੀ ਪੈਰਵਾਈ ਕਰਦੇ ਸੀ, ਪਰਿਵਾਰਾਂ ਨੂੰ ਵੀ ਸੰਭਾਲਦੇ ਸੀ। ਅਤੇ ਉਹਨਾਂ ਦਾ ਐਲਾਨ ਸੀ ਵੀ ਜਿੱਥੇ ਵੀ ਪੁਲਿਸ ਤੰਗ ਕਰਦੀ ਆ ਕਿਸੇ ਨੂੰ ਮੈਨੂੰ ਇੱਕ ਵਾਰੀ ਸੁਨੇਹਾ ਦੇ ਦਿਓ। ਕਹਿੰਦੇ ਕਿ ਜੇ ਪੇਟੀ ਨੰਬਰ ਦੇ ਦਿਓ ਉਹਦਾ ਤਾਂ ਕੰਮ ਸੌਖਾ ਹੋ ਜਾਏਗਾ। ਕਹਿੰਦੇ ਇਹ ਕਾਹਦੇ ਵਾਸਤੇ? ਮੈਂ ਤੇਰਾਂ ਦੇ ਕਿ ਹੁਣ ਤਾਂ ਮੈਂ ਇਹ ਵੀ ਐਲਾਨ ਕਰਤਾ ਕਿ ਹਰ ਸਿੱਖ ਜਿਹੜਾ ਉਹ ਕਮਰਬੰਦ ਹੋਵੇ, ਹਥਿਆਰ ਰੱਖੇ। ਅਤੇ ਸਿੱਖਾਂ ਦੀ ਗਿਣਤੀ ਕਿੰਨੀ ਆ? ਅਸੀਂ ਆਖਿਆ ਜੀ 1.5 ਕਰੋੜ। ਅਸੀਂ ਫਿਰ 1.5 ਕਰੋੜ ਜੇ ਹਥਿਆਰਬੰਦ ਹੋ ਜਾਣ ਤਾਂ ਉਹ ਕੀ ਆ? ਉਹ ਫੌਜ ਨਹੀਂ ਫਿਰ ਖਾਲਿਸਤਾਨ ਦੀ? 1984 ਵਾਪਰਿਆ, ਉਸ ਵੇਲੇ ਕਾਂਗਰਸ ਬਾਅਦ ਵਿੱਚ ਇਹ ਦਲੀਲਾਂ ਦਿੰਦੀ ਰਹੀ ਕਿ ਠੀਕ ਆ ਅਸੀਂ ਤਾਂ ਸੈਕੂਲਰ ਹਾਂ। ਉਹ ਖੈਰ ਉਸ ਵੇਲੇ ਉਹਨਾਂ ਨੇ ਸੈਕੂਲਰ ਰਸਤਾ ਅਪਣਾਇਆ ਨਹੀਂ ਅਪਣਾਇਆ, ਉਹ ਇੱਕ ਵੱਖਰੀ ਗੱਲ ਹੈ। ਪਰ ਹੁਣ ਦੇ ਹਾਲਾਤ ਵੱਖਰੇ ਨੇ, ਹੁਣ ਵੀ ਇਹ ਦੋ ਬਾਰ ਉੱਠੇ ਨੇ ਜਿਹੜੇ ਇਹ ਖਾਲਿਸਤਾਨ ਪੱਕੀ ਵਿਚਾਰਧਾਰਾ ਰੱਖਦੇ ਨੇ। ਪਰ ਦੂਜੇ ਪਾਸੇ ਜਿਹਨਾਂ ਨਾਲ ਟੱਕਰ ਆਇਆ, ਜੇ ਕੇਂਦਰ ਦੀ ਗੱਲ ਕਰੀਏ, ਉਹ ਤਾਂ ਪਹਿਲਾਂ ਹੀ ਨਾਅਰੇ ਲਾ ਰਹੇ ਨੇ ਹਿੰਦੂ ਰਾਸ਼ਟਰ ਦੇ, ਇੱਕ ਰਾਸ਼ਟਰ ਦੇ। ਵੇਖੋ 47 ਦੇ ਵਿੱਚ, 47 ਤੋਂ ਪਹਿਲਾਂ 3 ਨਾਅਰੇ ਸੀ ਕੰਧਾਂ ਦੇ ਉੱਤੇ ਲਿਖੇ ਸੀ। ਮੁਸਲਮਾਨ ਲਿਖਦੇ ਸੀ ਪਾਕਿਸਤਾਨ ਜਿੰਦਾਬਾਦ, ਸਿੱਖ ਲਿਖਦੇ ਸੀ ਖਾਲਿਸਤਾਨ ਜਿੰਦਾਬਾਦ, ਅਤੇ ਹਿੰਦੂ ਲਿਖਦੇ ਸੀ ਹਿੰਦੁਸਤਾਨ ਜਿੰਦਾਬਾਦ। ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੇ ਹਿੰਦੁਸਤਾਨ ਲੈ ਲਿਆ। ਸਿੱਖਾਂ ਦੀ ਨਾ ਇਹ ਲੀਡਰਸ਼ਿਪ ਕਾਰਨ ਇਹਨਾਂ ਨੇ ਆਪਣਾ ਜਿਹੜਾ ਵਾ ਖਾਲਿਸਤਾਨ ਗਵਾ ਲਿਆ, ਆਪਣਾ ਮੁਲਕ ਗਵਾ ਲਿਆ। ਖਾਲਸਾ ਰਾਜ ਅੰਗਰੇਜ਼ਾਂ ਨੇ ਹਥਿਆ ਲਿਆ ਸੀ ਗਦਾਰ ਪੈਦਾ ਕਰਕੇ। ਅਤੇ 47 ਦੇ ਵਿੱਚ ਜਦੋਂ ਮਿਲਦਾ ਸਿੱਖਾਂ ਨੇ ਉਹ ਲੈ ਨਹੀਂ ਸਕੇ। ਇਹ ਇੱਕ ਉਸ ਲੀਡਰਸ਼ਿਪ ਦੀ ਬੱਜਰ ਗਲਤੀ ਆ ਜਿਹਦਾ ਅੱਜ ਖਮਿਆਜ਼ਾ ਅਸੀਂ ਵਰਤ ਰਹੇ। ਪਰ ਜਿਹੜਾ ਖਾਲਸਾ ਰਾਜ ਦਾ ਸੰਕਲਪ ਆ ਇਹ ਗੁਰਬਾਣੀ 'ਚ ਦਰਜ ਆ। ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਣ ਦਾ, ਸਭ ਸਖਾਲੀ ਬੁੱਠੀ ਆ, ਇਹ ਹੋਆ ਹਲੇਮੀ ਰਾਜ ਜੀ। ਭਗਤ ਬਾਣੀ ਦੇ ਵਿੱਚ ਵੀ ਦਰਜਾ ਬੇਗਮਪੁਰਾ ਸ਼ਹਿਰ ਕੋ ਨਾਮ, ਬੇਗਮਪੁਰਾ ਕਿਹਨੂੰ ਕਹਿੰਦੇ ਆ? ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਏ, ਦੁੱਖ ਤਕਲੀਫ ਕਿਸੇ ਨੂੰ ਨਾ ਹੋਏ, ਹਰ ਇੱਕ ਨੂੰ ਵਿਕਾਸ ਦੇ ਬਰਾਬਰ ਮੌਕੇ ਮਿਲਣ, ਲੋੜਾਂ ਸਾਰਿਆਂ ਦੀਆਂ ਪੂਰੀਆਂ ਹੋਣ, ਸਾਰੇ ਭਾਈ ਭਾਈ ਇੱਕ ਏਕ ਪਿਤਾ ਏਕ ਕੇ ਹਮ ਬਾਰਕ ਦੇ ਤੌਰ ਦੇ ਨਾਲ ਉਹ ਰਹਿਣ। ਇਹ ਖਾਲਿਸਤਾਨ ਦਾ ਸੰਕਲਪ ਗੁਰਬਾਣੀ 'ਚ ਆ। ਅਤੇ ਦਸਮ ਪਾਤਸ਼ਾਹ ਨੇ ਤਾਂ ਖਾਲਸੇ ਨੂੰ ਵਰ ਦਿੱਤਾ, ਉਹਦਾ ਵਰ ਉਹਨਾਂ ਦਾ ਕੀ ਆ? ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਹ ਭਵਿੱਖ ਤਾਂ ਵਾਕ ਹੈ, ਕਰੇਗਾ ਕਰੇਗਾ ਤਾਂ ਮਤਲਬ ਕਰੇਗਾ, ਜ਼ਰੂਰ ਕਰੇਗਾ। ਇਹ ਨਹੀਂ ਕਿ ਪਿੱਛੇ ਕਰ ਲਿਆ,
ਕਰ ਚੁੱਕਿਆ, ਇਹ ਭਵਿੱਖ ਤਬਾਕ ਆ। ਉਦੋਂ ਵੀ ਇਹ ਦਸਮ ਪਾਤਸ਼ਾਹ ਦੇ ਬਚਨਾਂ ਤੋਂ ਬਾਅਦ ਹੀ ਉਹ ਵੀ ਕਾਇਮ ਹੋਇਆ ਸੀ, ਹੁਣ ਗਵਾਚ ਗਿਆ। ਪਰ ਉਹ ਸਿੱਖਾਂ ਨੇ ਉਹ ਵਿਚਾਰਧਾਰਾ ਛੱਡ ਤੇ ਨਹੀਂ ਦਿੱਤੀ। ਜੇ ਹਿੰਦੂਆਂ ਨੂੰ ਹਿੰਦੁਸਤਾਨ ਪਿਆਰਾ ਲੱਗਦਾ ਤਾਂ ਸਿੱਖਾਂ ਨੂੰ ਵੀ ਖਾਲਿਸਤਾਨ ਚਾਹੀਦਾ। ਜੇ ਮੁਸਲਮਾਨਾਂ ਨੂੰ ਪਾਕਿਸਤਾਨ ਆ, ਕਿੰਨੇ ਮੁਲਕ ਨੇ ਦੁਨੀਆਂ ਦੇ ਵਿੱਚ? ਸੰਤ ਜਰਨੈਲ ਸਿੰਘ ਤਾਂ ਕਹਿੰਦੇ ਸੀ, ਉਹ ਕਹਿੰਦੇ ਸੀ ਵੀ ਕਿੰਨੇ ਮੁਲਕ ਨੇ UNO ਦੇ ਮੈਂਬਰ, ਉਦੋਂ ਸ਼ਾਇਦ 160 ਸੀ। ਕਹਿੰਦੇ ਜੇ ਇੱਕ ਹੋਰ ਬਣ ਜਾਏਗਾ, ਪੱਤਰਕਾਰਾਂ ਨੇ ਸਵਾਲ ਕੀਤਾ ਸੀ ਅਤੇ ਉਹਦਾ ਜਵਾਬ ਦਿੱਤਾ, ਜੇ ਇੱਕ ਹੋਰ ਬਣ ਜਾਏਗਾ ਤਾਂ ਫਿਰ ਕਿਹੜੇ ਇੱਥੇ ਵੀ ਤੁਹਾਨੂੰ ਨੁਕਸਾਨ ਹੋ ਚੱਲਿਆ ਜਾਂ UNO ਦੇ ਭਾਰ ਪੈ ਚੱਲਿਆ? ਇਹ ਆ ਚੱਕਰ। ਇਹ ਉਹ ਚੀਜ਼ਾਂ, ਇਹ ਸੰਦਰਭ ਜਿਹੜੇ ਮੌਜੂਦਾ ਸਮੇਂ ਦੇ ਹਾਲਾਤਾਂ ਦੇ ਮੁਤਾਬਿਕ ਔਰ ਪੁਰਾਤਨ ਹਿਸਟੋਰੀਕਲ ਨਤੀਜਿਆਂ ਤੋਂ ਬਾਅਦ ਕੀ ਕੁਝ ਵਾਪਰਿਆ ਉਹਨਾਂ ਦੇ ਸੰਦਰਭ ਦੇ ਮੁਤਾਬਿਕ, ਜੋ ਵੀ ਹੋਣ ਵਾਲਾ ਜਾਂ ਹੋਵੇਗਾ ਉਹ ਆਉਂਦੇ ਸਮੇਂ ਨੂੰ ਦੱਸਦੇ ਰਹਾਂਗੇ। ਉਦੋਂ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।